ਦੋ ਗੀਤ ਗਾਉਣੇ ਆ ਭਾਵੇਂ ਦਿਨ ਚੜ੍ਹਗੇ। ਸਾਨੂੰ ਗੌਰ ਕਰੋ ਜਰਾ, ਮੈਨੂੰ ਅੱਜ ਉਹ ਬੈਕਗ੍ਰਾਉਂਡ ਜਿਹੜੀ ਚੇਤੇ ਆਈ, ਔਰ ਸੱਚੀ ਇਸ ਗੱਲ ਦੀ ਖੁਸ਼ੀ ਹੈ, ਫਖਰ ਹੈ ਕਿ ਅੱਜ ਪ੍ਰਭੂ ਨੇ ਵਧਾਇਆ ਹੈ ਮੈਨੂੰ। ਅੱਜ ਮਹਿਸੂਸ ਹੋਇਆ ਕਿ ਖੁਦਾ ਨੇ ਮੈਨੂੰ ਉੱਚਾ ਕੀਤਾ ਹੈ। ਹੱਥ ਖਾ ਕੇ ਬੋਲੋ ਹੈਲੇਲੂਯਾ। ਇਹ ਬੇਟਾ ਡੈਨੀਅਲ ਜਦੋਂ ਮੇਰੇ ਕੋਲ ਆਇਆ ਸੀ ਨਾ, ਉਦੋਂ ਬਹੁਤ ਬਹੁਤ ਜ਼ਿਆਦਾ ਮੰਦੇ ਹਾਲਾਤ ਸੀਗੇ ਸਾਡੇ ਸੰਘਰਸ਼ ਦੇ ਵਿੱਚ ਚੱਲ ਰਹੇ ਸੀ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਹੀ ਇਹ ਬੱਚਾ ਮੇਰੇ ਕੋਲ ਆਇਆ। ਤੇ ਇਹ ਵੀ ਘਰ ਦੇ ਵਿੱਚੋਂ ਇਹ ਮੇਰੇ ਨਾਲ ਨਹੀਂ ਗਾਹ ਦੀ ਗੱਲ ਸੀ, ਤੇ ਅੱਜ ਖੁਦਾ ਦਾ ਫਜ਼ਲ ਹੈ ਕਿ ਅੱਜ ਪ੍ਰਭੂ ਨੇ ਇਹਨਾਂ ਬੱਚਿਆਂ ਨੂੰ ਵੱਡੀ ਬਰਕਤ ਦਿੱਤੀ। ਗੀਤ ਸੁਣਿਆ ਨਾ, ਯਿਸੂ ਦੀਆਂ ਰਹਿਮਤਾਂ ਦਾ ਬੂਹਾ ਖੜਕਾਉਣਾ ਏ। ਸੋ ਬੜਾ ਅੱਛਾ ਗੀਤ ਹੈ, ਖੁਦਾ ਬਰਕਤ ਦੇ। ਗੌਰ ਕਰਨਾ ਤੁਹਾਨੂੰ ਕਿਵੇਂ ਲਿਖਿਆ, ਗੈਰ ਗਰੀਬ ਦੀ ਕੋਈ ਸੁਣਦਾ ਮਤਲਬ ਦੁਨੀਆ ਦਾ ਉਹ ਮਤਲਬ ਦੀ ਦੁਨੀਆ ਦਾ ਤੇ ਨਹੀਂ ਕੋਈ ਕਰਦਾ ਕਿਸੇ ਪਿਆਰ, ਇਹਦਾ ਮਤਲਬ ਕਿ ਕੋਈ ਇੱਥੇ ਕਿਸੇ ਨੂੰ ਪਿਆਰ ਨਹੀਂ ਕਰੇਗਾ। ਸੋ ਮੇਰਾ ਗੀਤ ਤੇ ਗੌਰ ਕਰਨਾ, ਪਹਿਲਾ ਗੀਤ ਜਿਹੜਾ ਕੁਛ ਸ਼ਬਦ ਬੋਲਣੇ ਨੇ, ਉਸ ਤੋਂ ਬਾਅਦ ਅਗਲਾ ਸ਼ਬਦ ਜਿਹੜਾ ਵਚਨ ਹੋਵੇ ਨਾ, ਜਿੰਨੇ ਵਿੱਚ ਰੱਖਣਾ ਉਹ ਚਾਹੁੰਦਾ ਹੈ, ਉਹਨੇ ਵਿੱਚ ਰਾਜ਼ੀ ਹੋ ਕੇ ਰਹੀਏ। ਜਦੋਂ ਉਹ ਹਾਲਾਤ ਸੀ ਅਸੀਂ ਉਦੋਂ ਵੀ ਖੁਸ਼ ਸੀ, ਕਹਿੰਦੇ ਸੀ ਖੁਦਾ ਸ਼ੁਕਰ ਹੈ ਤੇਰਾ, ਲੇਕਿਨ ਅੱਜ ਇਸ ਮੁਕਾਮ ਤੇ ਖੁਦਾ ਨੇ ਖੜਾ ਕੀਤਾ ਤੇ ਅਸੀਂ ਕਹਿੰਦੇ ਸ਼ੁਕਰ ਹੈ ਖੁਦਾ। ਲੇਕਿਨ ਹੋ ਸਕਦਾ ਹੈ ਆਪਣੀ ਨਜ਼ਰ ਚ ਅਸੀਂ ਕਾਮਯਾਬ ਹੋ ਗਏ, ਲੇਕਿਨ ਖੁਦਾ ਚਾਹੁੰਦਾ ਕਿ ਤੁਸੀਂ ਹੋਰ ਵੱਧ ਜਾਈਏ। ਹੱਥ ਉੱਠਾ ਕੇ ਬੋਲੋ ਹੈਲੇਲੂਯਾ। ਸਭ ਨੇ ਕਹਿਣਾ ਜਿੰਨੇ ਵਿੱਚ ਰਹੋਗੇ ਨਾ ਸਰ ਜੀ, ਉਹਦੇ ਤੇ ਗਾਲਾਂ ਕੱਢਦੇ ਹੋਣੇ ਰੱਬ ਨੇ ਵੀ ਭਾਰਤ, ਉਹਦੇ ਕਹਿੰਦੇ ਉਹਨੂੰ ਲੈ ਮਤਲਬ ਉਧਰੋਂ ਫਸਲ ਪੱਕੀ ਉਧਰੋਂ ਗੜੇ ਪਾਈ ਜਾਂਦਾ, ਲੇਕਿਨ ਖੁਦਾ ਦਾ ਸ਼ੁਕਰ ਕਰਿਆ ਕਰੋ ਹਰ ਗੱਲ ਚ। ਮੈਂ ਜਦੋਂ ਆ ਰਿਹਾ ਸੀ ਨਾ ਤੇ ਮੇਰੇ ਮਨ ਚ ਆ ਰਿਹਾ ਸੀ ਕਿਉਂ ਖੁਦਾ ਰੋਕਵਾਲ ਹੋ ਰਿਹਾ, ਪੱਕੀ ਫਸਲ ਦੇ ਗੜੇ ਪੈਣੇ, ਇਹ ਖੁਦਾ ਦਾ ਕ੍ਰੋਧ ਭੜਕ ਰਿਹਾ। ਔਰ ਗੌਰ ਕਰੋ ਕਿ ਖੁਦਾ ਤੋਂ ਡਰਿਆ ਕਰੋ। ਜਿੰਨੇ ਵਿੱਚ ਰੱਖਣਾ ਕਈ ਗੱਲ ਸਾਰੇ ਕਈ ਉਹਨੇ ਵਿੱਚ ਰੱਬ ਦਾ ਬਚਨ ਵੀ ਸਿਖਾਉਂਦਾ, ਉਹਨੇ ਵਿੱਚ ਹੋ ਕੇ ਰਹੀਏ।
ਜਿਸਦਾ ਜੀਵਨ ਜਾਵਾਂ
ਖੁਸ਼ੀਆਂ ਦੇ ਨਾਲ ਚਿਲਿਆ ਤਨ ਹੈ ਉਹ ਮਾਂ ਜਿਸ ਨੂੰ ਸੇਵਕ ਪੁੱਤਰ ਮਿਲਿਆ ਤਨ ਹੈ ਉਹ ਮਾਂ ਜਿਸ ਨੂੰ ਸੇਵਕ ਪੁੱਤਰ ਮਿਲਿਆ ਜਿਸ ਦਾ ਜੀਵਨ ਚਾਵਾਂ ਖੁਸ਼ੀਆਂ ਦੇ ਨਾਲ ਖਿਲਿਆ ਤਨ ਹੈ ਉਹ ਮਾਂ ਜਿਸ ਨੂੰ ਸੇਵਕ ਪੁੱਤਰ ਮਿਲਿਆ ਜਿਸਦਾ ਜੀਵਨ ਖੁਸ਼ੀਆਂ ਚਾਵਾਂ ਦੇ ਨਾਲ ਖਿਲਿਆ ਓ ਖਿਲਿਆ ਅੱਛਾ ਕਾਰੋਬਾਰ ਫਿਰ ਵੀ ਇਹ ਖੁਦਾ ਦੇ ਕੰਮ ਚ ਅੱਗੇ ਵਧ ਜਾ ਰਹੀ ਹੈ ਬੋਲੋ ਹੈਲੇਲੂਯਾ ਉਹ ਥਾਂ ਥਾਂ ਦਿੰਦੇ ਫਿਰ ਆਹ 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 ਆਹ
ਖੜੇ ਹੋਏ ਹੋ ਉਹ ਅੱਗੇ ਭਾਈ ਪਹਿਲਾਂ ਕਹਿੰਦੇ ਨਾ ਖੜੇ ਹੋ ਮੈਂ ਕਹਿੰਦੇ ਖੜੇ ਹੋ ਗਏ ਤਾਂ ਪਤਾ ਨੀ ਲੱਗਣਾ ਕੀ ਬਣਦੇ ਹੋਣਗੇ ਬੋਲੋ ਹੈਲੇਲੂਯਾ ਹੈਲੇਲੂਯਾ ਸੋ ਹਰੇਕ ਸਿਸਟਮ ਨੂੰ ਸਮਝਣਾ ਚਾਹੀਦਾ ਹੱਥ ਉਠਾਓ ਪਤਾ ਹੱਥ ਵੀ ਜਦੋਂ ਸੋਚ ਕੇ ਖੜੇ ਕਰੋ ਕਿਸੇ ਦਾ ਕੰਨ ਗੋਲ ਨਾ ਪਾੜ ਦਿਓ ਜਗ੍ਹਾ ਘੱਟ ਹੈ ਨਾ ਕੁਝ ਹੱਥ ਉਠਾਓ ਜਿਹਨਾਂ ਨੂੰ ਰੱਬ ਨੇ ਦੋ ਹੱਥ ਦੇ ਕੇ ਦੋਵੇਂ ਖੜੇ ਕਰੋ ਕਿਤੇ ਨਿਆਣਾ ਨਾ ਤਾਂ ਕਰ ਛੱਡਿਆ ਨਾਲੇ ਜੇ ਨਿਆਣਾ ਕੋਲ ਹੈ ਤਾਂ ਉਹ ਥੱਲੇ ਰਹਿਣ ਦੋ ਹੱਥ ਕੋਈ ਕੁਝ ਹੱਥ ਵਿੱਚ ਜਿਹਨਾਂ ਨੂੰ ਖੁਦਾ ਨੇ ਸਿੱਧੇ ਹੱਥ ਦਿੰਦੇ ਆ ਸਿੱਧੇ ਹੀ ਬਈ ਸੋਚਦੇ ਬੋਲ ਹੈਲੇਲੂਯਾ ਇਹ ਹੱਥ ਖੜੇ ਕਰਨ ਦਾ ਮਕਸਦ ਪਤਾ ਕੀ ਹੁੰਦਾ ਹੈ ਸਮਰਪਣ ਕਰਨਾ ਹਰੇਕ ਗੱਲ ਦਾ ਮਕਸਦ ਹੁੰਦਾ ਹੈ ਉੱਚੇ ਹੱਥ ਖੜੇ ਕਰੋ ਕਿਉਂਕਿ ਜਦੋਂ ਕੋਈ ਤਕੜਾ ਬੰਦਾ ਹੁੰਦਾ ਨਾ ਲੋਕੀ ਹੱਥ ਹੀ ਖੜੇ ਕਰਦੇ ਆ ਉਹ ਕਹਿੰਦੇ ਭਰਾ ਮੈਂ ਤੇਰੇ ਕਾਬਲ ਮੈਂ ਤੇਰੇ ਬਰਾਬਰ ਇਹਦਾ ਮਤਲਬ ਹੁੰਦਾ ਸਮਰਪਣ ਕਰਨਾ ਹੱਥ ਉਠਾਉਣ ਦਾ ਮਕਸਦ ਹੈ ਸਮਰਪਣ ਕਰਨਾ ਸੋ ਆਪਣੇ ਹੱਥ ਉਠਾਏ ਉੱਚੇ ਖੁਦਾ ਦੇ ਲਈ ਜਿੱਤ ਗਿਆ ਯਿਸੂ ਮੇਰਾ ਜਿਕਾਰੀ ਤੇਰੀ ਮਾਨੀ ਹੈ ਜਿੱਤ ਗਿਆ ਮੇਰੇ ਕੋਲ ਹਾਰਾ ਮੇਰਾ ਤੇਰੀ ਮੇਰਾ ਜਿੱਤ ਮੇਰਾ ਜਿੱਤ ਗਿਆ ਚੱਕਰ ਵਾਲੇ ਨਹੀਂ ਮਾਰੇ ਅਸੀਂ ਤਾਂ ਹੀ ਮਾਲਕ ਨੂੰ ਲਾਗੇ ਠੱਲ ਰਹੇ ਸੀ